ਖਰੀਆ ਗਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਿਆ ਨੂੰ ਹੁਣੇ-ਹੁਣੇ ਦੁੱਧ ਹੋਇਆ ਸਿੱਧਾ ਇੰਨਾ ਮਹਿੰਗਾ ਆਮ ਲੋਕਾਂ ਦੀਆਂ ਨਿਕਲ ਗਈਆਂ ਚੀਕਾਂ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚਾਹਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੱਲ ਤੋਂ ਦੁੱਧ ਪੀਣਾ ਮਹਿੰਗਾ ਹੋ ਜਾਏਗਾ ਵੇਰਕਣ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰ ਦਿੱਤਾ 골ਡ ਮਿਲਕ ਤੇ ਸ਼ਕਤੀ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋਇਆ ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਬ੍ਰਾਂਡ ਵੇਰਕਾ ਨੇ ਹਰ ਕਿਸਮ ਦੇ ਦੁੱਧ ਦੀ ਕੀਮਤ 'ਤੇ 2 ਰੁਪਏ ਪ੍ਰਤੀ ਲੀਟਰ ਵਾਅਦਾ ਕੀਤਾ ਹੈ 4 ਮਹੀਨਿਆਂ ਦੇ ਅੰਦਰ ਦੁੱਧ ਦੀ ਕੀਮਤ ਵਿੱਚ ਦੂਜਾ ਵਾਅਦਾ ਹੋਇਆ ਹੈ ਵੇਰਕਾ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨrna ਵੱਲੋਂ ਖਰੀਦੇ ਜਾਂਦੇ ਕੱਚੇ ਦੁੱਧ ਦੀ ਕੀਮਤ ਵਧਣ ਲਈ ਬ੍ਰਾਂਡ 'ਤੇ ਲਗਾਤਾਰ ਦਬਾਅ ਪੈ ਰਿਹਾ ਸੀ ਜਿਸ ਕਾਰਨ ਇਹ ਵਾਅਦਾ ਕੀਤਾ ਗਿਆ ਜਿਸ ਹੁਣ ਜਿਸ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਵੇਗਾ ਜੋ ਕਿ ਆਮ ਲੋਕਾਂ ਨੂੰ ਇੱਕ ਪਰੇਸ਼ਾਨੀ ਸਮੱਸਿਆ ਹੋਵੇਗੀ ਕਿ ਦੁੱਧ ਦੀ ਕੀਮਤ ਦਿਨ ਬਦਿਨ ਵਧਣ ਦੇ ਕਾਰਨ ਲੋਕਾਂ ਦੀ ਜੇਬ ਤੇ ਭਾਰੀ ਅਸਰ ਪੈ ਰਿਹਾ ਹੈ ਆਮਦਨ ਘੱਟ ਹੈ ਤੇ ਖਰਚਾ ਜ਼ਿਆਦਾ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ